ਗਾਵੇਗੀ। ਬਾਜੀ ਦੋਸਤੋ ਆ ਜੋ ਤੁਸੀਂ ਘੋੜਾ ਦੇਖ ਰਹੇ ਹੋ ਨਾ, ਇਹ ਬਾਈ ਸੀਰੇ ਕੋਲ ਆ, ਪਿੰਡ ਫਤਿਹਪੁਰ, ਜ਼ਿਲ੍ਹਾ ਮਾਨਸਾ। ਅਤੇ ਸਟੱਡ ਸਰਵਿਸ ਬਾਈ ਕਹਿੰਦਾ ਓਪਨ ਆ ਅਤੇ ਬਿਲਕੁਲ ਜਾਇਜ਼ ਫੀਸ ਆ। ਅਤੇ ਬਾਈ ਕਹਿੰਦਾ ਜੇ ਕੋਈ ਚੰਗੀ ਕੀਮਤ ਦੇਊਗਾ ਤਾਂ ਆਪਾਂ ਘੋੜਾ ਸੇਲ ਵੀ ਕਰ ਦਾਂਗੇ। ਸੋ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਤੁਹਾਨੂੰ ਲੈ ਕੇ ਦਿੰਦੇ ਹਾਂ। ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਅਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਤੇ ਆ ਜਾਓ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਆ ਅਤੇ ਆਪਣਾ ਪਿੰਡ ਦੱਸ ਦਿਓ ਜੀ। ਮੇਰਾ ਨਾਮ ਬਾਈ ਊਂ ਸੀਰੇ ਦੇ ਨਾਂ ਦੇ ਜਾਣਦੇ ਆਪਾਂ ਨੂੰ। ਠੀਕ ਹੈ ਜੀ। ਪੱਕਾ ਨਾਮ ਮੇਰਾ ਜਗਸੀਰ ਹੈ। ਠੀਕ ਹੈ ਬਾਈ। ਅਤੇ ਇਹ ਜਾਨਵਰ ਬਾਈ ਆਪਾਂ ਫਿਰ ਵੈਸੇ ਨਮਾਇਸ਼ ਵਾਸਤੇ ਲੈ ਕੇ ਆਏ ਹਾਂ ਇੱਥੇ। ਹਾਂਜੀ ਆਪਾਂ ਨਮਾਇਸ਼ ਵਾਸਤੇ ਲੈ ਆਏ, ਜੇ ਕੋਈ ਚੰਗੀ ਕੀਮਤ ਆਪਾਂ ਨੂੰ ਮਿਲੀ ਆਪਾਂ ਵੇਚ ਵੀ ਦੇਵਾਂਗੇ। ਠੀਕ ਹੈ ਬਾਈ। ਅਤੇ ਕਿਹੜੀ ਬਲੱਡ ਲਾਈਨ ਦਾ ਬਾਈ ਜੀ ਇਹ ਘੋੜਾ? ਇਹ ਸਿਵਰਾਜ ਘੋੜੇ ਦਾ ਬੱਚਾ ਜੀ। ਠੀਕ ਹੈ ਬਾਈ। ਹਾਂਜੀ। ਤੇ ਕਿੰਨੀ ਉਮਰ ਹੋ ਗਈ ਬਾਈ ਇਹਦੀ? ਇਹਦੀ ਜੀ 5 ਸਾਲ ਉਮਰ ਆਈ। 5 ਸਾਲ। ਆਪਣੇ ਘਰ ਦਾ ਹੀ ਆ ਬੱਚਾ ਕਿ ਲਿਆ ਸੀ ਬਾਈ ਆਪਾਂ? ਆਪਾਂ ਲੈਤਾ ਜੀ। ਠੀਕ ਆ ਬਾਈ। ਆਪਣੇ ਕੋਲੇ ਆਏ ਨੂੰ ਹੋ ਗਏ 2 ਮਹੀਨੇ ਜੀ। ਠੀਕ ਆ ਬਾਈ। ਹਾਂਜੀ। ਤੇ ਸਟੱਡ ਸਰਵਿਸ ਓਪਨ ਆ ਬਾਈ ਇਹਦੀ? ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਦਾ ਬੱਚਿਆਂ ਦਾ ਰਿਜ਼ਲਟ ਆ ਰਿਹਾ ਬਾਈ? ਇਹਦੇ ਰਿਜ਼ਲਟ ਆਉਣੇ ਆ ਜੀ। ਠੀਕ ਆ ਬਾਈ। ਇਹਨੂੰ 7-8 ਮਹੀਨੇ ਹੋਏ ਆ ਛੱਡਦੇ ਨੂੰ, ਇਹ ਬਾਈਆਂ ਨੇ ਵੀ ਘੋੜੀਆਂ ਭਰਾਈਆਂ। ਠੀਕ ਆ ਬਾਈ। ਹਾਂਜੀ। ਤੇ ਕੀ ਫੀਸ ਰੱਖੀ ਆ ਬਾਈ ਇਹਦੇ? ਬਾਈ ਫੀਸ ਤਾਂ ਉਹ ਤਾਂ ਲੈਂਦੇ ਸੀ ਤਾਂ 21,000 ਰੁਪਇਆ। ਠੀਕ ਆ ਬਾਈ। ਹੁਣ ਹਰੇਕ ਬੰਦਾ ਦੇ ਨਹੀਂ ਸਕਦਾ ਹਨਾ। ਹਾਂਜੀ ਬਾਈ। ਹਰੇਕ ਨੂੰ ਸੌਂਕ ਆਪਾਂ ਇਹਦੇ 11,000 ਰੁਪਇਆ ਫੀਸ ਲੈਂਦੇ ਹਾਂ। ਠੀਕ ਆ ਬਾਈ। ਤੇ ਕਿੰਨੀ ਹਾਈਟ ਹੋਊਗੀ ਬਾਈ ਇਹਦੇ? ਇਹਦੀ ਜੀ 65 ਇੰਚ ਕਰਦਾ ਇਹਦਾ ਜੀ। ਠੀਕ ਆ ਬਾਈ। ਤੇ ਇੱਕ ਵਾਰੀ ਬਾਈ ਆਪਣਾ ਐਡਰੈਸ ਪੂਰਾ ਦੱਸ ਦਿਓ ਵੀ ਜੇ ਕਿਸੇ ਭਰਾ ਨੇ ਮੰਨ ਲਓ ਵੀ ਸਟੱਡ ਸਰਵਿਸ ਲਈ ਆਉਣਾ ਹੋਵੇ ਤਾਂ ਆਪਦੇ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿਓ। ਆਪਣਾ ਜ਼ਿਲ੍ਹਾ ਮਾਨਸਾ ਜੀ। ਠੀਕ ਆ ਬਾਈ। ਝਨੀਰ ਤੋਂ ਵੀ ਆਪਣਾ ਪਿੰਡ 7 ਕਿਲੋਮੀਟਰ ਪੈਂਦਾ ਜੀ। ਜੀ। ਇੱਧਰੋਂ ਫਜ਼ੀਲਗੜ੍ਹਾ ਏਰੀਆ ਤੋਂ ਜੀ। ਠੀਕ ਆ ਬਾਈ। ਫੱਤੇ ਤੋਂ ਆਪਣਾ 8 ਕਿਲੋਮੀਟਰ ਪੈਂਦਾ ਜੀ ਪਿੰਡ। ਠੀਕ ਆ ਬਾਈ। ਸੀਰਾ ਮੇਰਾ ਨਾਂ ਜੀ। ਜੀ। ਨੰਬਰ ਆਪਣਾ 97790 ਜੀ। ਠੀਕ ਆ। 6373। ਠੀਕ ਆ। ਇੱਕ ਵਾਰੀ ਦੁਬਾਰਾ ਦੱਸ ਦਿਓ ਬਾਈ ਨੰਬਰ। 97790 ਜੀ। ਠੀਕ ਆ ਬਾਈ। 6533। ਠੀਕ ਆ ਜੀ। ਜੇ ਕਈ ਵਾਰੀ ਨਹੀਂ ਵੀ ਪਤਾ ਲੱਗੇ ਜੀ ਆਪਣੇ ਪਿੰਡ ਭਾਖੜਾ ਨਾਂ ਦੇ ਹੈਡ ਆ ਜੀ। ਠੀਕ ਆ ਬਾਈ। ਹਾਂਜੀ। ਫਤਿਹਪੁਰ ਪਿੰਡ ਆ ਦੋਸਤੋ, ਜ਼ਿਲ੍ਹਾ ਮਾਨਸਾ। ਤੇ ਕਿਸੇ ਵੀ ਆਪਣੇ ਭਰਾ ਨੇ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਜਦੋਂ ਮਰਜ਼ੀ ਬਾਈ ਨੂੰ ਫੋਨ ਤੇ ਸੰਪਰਕ ਕਰ ਸਕਦੇ ਹੋ। ਬਾਕੀ ਬਾਈ ਨੇ ਆਪਦਾ ਜਿਹੜਾ ਪਿੰਡ ਦਾ ਐਡਰੈਸ ਆ ਉਹ ਵੀ ਦੱਸਤਾ। ਤੇ ਜੇ ਕੋਈ ਭਰਾ ਮੰਨ ਲਓ ਵੀ ਘੋੜਾ ਖਰੀਦਣ ਦਾ ਚਾਹਵਾਨ ਹੋਵੇ ਤਾਂ ਉਹ ਬਾਈ ਕਹਿੰਦਾ ਵੀ ਜੇ ਆਪਾਂ ਨੂੰ ਚੰਗੀ ਕੀਮਤ ਮਿਲੂਗੀ ਤਾਂ ਆਪਾਂ ਜਿਹੜਾ ਉਹ ਸੇਲ ਵੀ ਕਰ ਦਾਂਗੇ। ਇੱਕ ਗੱਲ ਬਾਈ ਇਹ ਆ, ਕਈ ਵਾਰੀ ਘੋੜੀ ਨਹੀਂ ਰਹਿੰਦੀ ਹੁੰਦੀ ਕਿਸੇ ਦੀ। ਜੀ ਬਾਈ। 10,000 ਰੁਪਇਆ ਮਹੀਨਾ ਉਹਦਾ ਖਰਚਾ ਲੈਣਾ। ਠੀਕ ਆ ਬਾਈ। ਜਦੋਂ ਆਪਦੀ ਚੈੱਕ ਚ ਆਉਣ ਲੱਗ ਗਈ ਕਿਸੇ ਮਰਜ਼ੀ ਡਾਕਟਰ ਦਾ ਆਪਦੀ ਚੈੱਕ ਕਰਾ ਕੇ ਲਈ। ਠੀਕ ਆ ਵੀ ਉਹਨਾਂ ਟਾਈਮ ਮੰਨ ਲਓ ਚਾਹੇ ਬਾਈ ਯਾਰ ਆਪਾਂ ਨੂੰ 6 ਮਹੀਨੇ ਸਾਹਮਣੀ ਪੈ ਜੇ। ਠੀਕ ਆ ਬਾਈ। ਕੋਈ ਚੱਕਰ ਨਹੀਂ, ਠੀਕ ਆ ਨਾ। ਠੀਕ ਆ ਬਾਈ। ਪਰ ਘੋੜੀ ਆਪਾਂ ਅਗਲੇ ਦੀ ਗੱਬਣ ਕਰਾ ਕੇ ਦੇਵਾਂਗੇ। ਠੀਕ ਆ। ਆਪਾਂ ਬਾਈ ਡਾਕਟਰੀ ਦਾ ਕੰਮ ਕਰਦੇ ਆ, ਜਿਹੜਾ ਵੀ ਦਵਾਈ ਦਾ ਖਰਚਾ ਹੋਊਗਾ ਉਹ ਵੀ ਆਪਣਾ ਸਭ ਕੁਝ ਆਪਾਂ ਅਗਲੇ ਦੀ ਘੋੜੀ ਗੱਬਣ ਕਰਾ ਕੇ ਦੇਣੀ ਆ। ਠੀਕ ਆ ਬਾਈ। ਹਾਂਜੀ। ਵੀ ਜੇ ਕੋਈ ਵੀ ਆਪਾਂ ਇਹ ਕਹਿ ਸਕਦੇ ਆ ਵੀ 20 ਰਿਆ ਕੇਸ ਵੀ ਆਪਾਂ ਹੱਲ ਕਰ ਦਾਂਗੇ। ਹਾਂਜੀ। ਠੀਕ ਆ। ਤੇ ਦੇਖ ਸਕਦੇ ਹਾਂ ਦੋਸਤੋ, ਕਿਸੇ ਵੀ ਆਪਣੇ ਭਰਾ ਨੂੰ ਘੋੜਾ ਪਸੰਦ ਆਉਂਦਾ ਤਾਂ ਬਾਈ ਕਹਿੰਦਾ ਵੀ ਆਪਾਂ ਸੇਲ ਵੀ ਕਰ ਦਾਂਗੇ। ਜੇ ਬਾਈ ਆਪਾਂ ਕੀਮਤ ਦੀ ਗੱਲ ਕਰੀਏ ਕਿ ਫੋਨ ਤੇ ਹੋਊਗੇ? ਨਹੀਂ ਕੋਈ ਚੱਕਰ ਨਹੀਂ ਬਾਈ, ਇਹਦਾ ਰੁਪਿਆ ਮੰਨਦੇ ਆਪਾਂ 13,00,000 ਰੁਪਇਆ। ਠੀਕ ਆ ਬਾਈ। ਇਹ ਆਪਣਾ ਸਰਪੰਚ ਉਹ ਮਿੱਠੂ ਕਹਿ ਦਿੰਦੇ ਆ। ਠੀਕ ਆ ਬਾਈ। ਸਾਬਕਾ ਸਰਪੰਚ ਆ ਜੀ ਮਨਿੰਦਰਜੀਤ ਚਹਿਲ। ਠੀਕ ਆ ਬਾਈ। ਉਹਦੇ ਨਾਲ ਆਪਣਾ ਬਾਈ ਇਹ ਸਾਂਝਾ ਘੋੜਾ। ਠੀਕ ਆ ਬਾਈ। ਹਾਂਜੀ ਉਹਨਾਂ ਤੋਂ ਆਇਆ ਨਹੀਂ ਗਿਆ। ਠੀਕ ਆ ਬਾਈ। ਕਿਉਂ ਆਉਣਾ ਸੀ ਉਹਨਾਂ ਨੇ? ਠੀਕ ਆ ਬਾਈ। ਹਾਂਜੀ ਦੇਖ ਸਕਦੇ ਹਾਂ ਦੋਸਤੋ, ਬਹੁਤ ਵਧੀਆ ਮਾਰਵਾੜੀ ਆਪਾਂ ਕਹਿ ਸਕਦੇ ਹਾਂ ਵੀ ਘੋੜਾ ਬਿਲਕੁਲ ਨਵਾਂ ਹਾਣਾ। ਬਾਕੀ ਕੱਦ ਕਾਠ ਵੀ ਬਹੁਤ ਆ ਬਾਈ ਜੀ। ਹਾਈਟ ਦੀ ਗੱਲ ਕਰੀਏ ਕਿੰਨੀ ਹਾਈਟ ਹੋਊਗੀ ਬਾਈ? ਦੇਖੋ ਝੂਠ ਮਾਰੇ ਦਾ ਕੋਈ ਦਮ ਨਹੀਂ ਹਨਾ। ਆਪਾਂ ਇਹਨੂੰ ਕਹਿ ਦਈਏ ਵੀ 66 ਇੰਚ ਆ ਜਾਂ 67 ਇੰਚ ਆ, ਜਦੋਂ ਅਗਲਾ ਆ ਕੇ ਦੇਖਦਾ ਅਗਲਾ ਕਹਿੰਦਾ ਯਾਰ ਗੱਪ ਮਰੀ ਜਾਂਦੇ ਆ। ਠੀਕ ਆ ਬਾਈ। ਜੇ ਤਾਂ ਮੰਨ ਲਓ ਫੱਟੀ ਵਾਲੀ ਕਰਨੀ ਆ ਤਾਂ 65 ਆ, ਜੇ ਸਿੱਧੀ ਮਿਲਣੀ ਆ ਤਾਂ 65 ਹੋ ਜਾਂਦੀ ਆ।